ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਗਦੀਪ ਸਿੰਘ, ਓਮ ਗਲੋਬਲ ਚੰਡੀਗੜ੍ਹ ਤੋਂ। ਅੱਜ ਤੁਹਾਡੇ ਨਾਲ ਲਾਈਵ ਹੋਣ ਦਾ ਜੋ ਮੇਨ ਕਾਰਨ ਬਣਿਆ ਉਹ ਇਹ ਕਿ ਕਿਸੇ ਨਾ ਕਿਸੇ ਏਜੰਟਸ ਵੱਲੋਂ ਫੈਲਾਈਆਂ ਜਾਣ ਵਾਲੀਆਂ ਝੂਠੀਆਂ ਅਫਵਾਹਾਂ ਤੁਸੀਂ ਮੇਰੇ ਸਟੇਟਸ ਤੋਂ ਦੇਖ ਹੀ ਲਿਆ ਹੈਗਾ, ਜਿਵੇਂ ਲਿਖਿਆ ਝੂਠੀਆਂ ਅਫਵਾਹਾਂ ਤੋਂ ਬਚੋ। ਹਾਂਜੀ, ਅੱਜ ਕੱਲ੍ਹ ਕਈ ਏਜੰਟਸ ਵੱਲੋਂ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਆਸਟ੍ਰੇਲੀਆ ਬੰਦ ਹੋ ਗਿਆ, ਆਸਟ੍ਰੇਲੀਆ ਨੇ ਹੁਣ ਵੀਜ਼ਾ ਨਹੀਂ ਦੇਣੇ, ਜਾਂ ਕੈਨੇਡਾ ਓਪਨ ਹੋ ਗਿਆ, ਕੈਨੇਡਾ ਅਪਲਾਈ ਕਰੋ, ਆਸਟ੍ਰੇਲੀਆ ਅਪਲਾਈ ਨਾ ਕਰੋ। ਦੋਸਤੋ, ਇਹੋ ਜਿਹਾ ਕਦੇ ਨਾ ਕਿਤੇ ਇਹੋ ਜਿਹੀ ਐਡ ਦੇਖ ਕੇ ਹਾਸਾ ਵੀ ਆਉਂਦਾ, ਕਿਵੇਂ ਕਿਸੇ ਏਜੰਟ ਦੇ ਕਹਿਣ ਨਾਲ, ਇੱਕ ਏਜੰਟ ਦੇ ਕਹਿਣ ਨਾਲ ਆਸਟ੍ਰੇਲੀਆ ਬੰਦ ਹੋ ਗਿਆ। ਜੇਕਰ ਮੈਂ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਦੀ ਗੱਲ ਕਰਾਂ, ਲਾਸਟ 3 ਦਿਨਾਂ ਦੇ ਅੰਦਰ ਅੰਦਰ ਸਾਡੇ 11 ਆਸਟ੍ਰੇਲੀਆ ਦੇ ਵੀਜ਼ਾ ਆਏ ਨੇ। ਜੇਕਰ ਇਹ ਵੀਜ਼ਾ ਤੁਹਾਨੂੰ ਦਿਖਾਵਾਂਗਾ, ਇਹ ਵੀਜ਼ਾ ਸਿੱਧੇ ਸਿੱਧੇ ਉਸ ਏਜੰਟਸ ਉਸ ਕੰਸਲਟੈਂਟਸ ਦੇ ਮੂੰਹ 'ਤੇ ਚਪੇੜ ਨੇ ਜਿਹੜੇ ਕਹਿ ਰਹੇ ਨੇ ਕਿ ਆਸਟ੍ਰੇਲੀਆ ਦੇ ਵੀਜ਼ਾ ਨਹੀਂ ਆ ਰਹੇ, ਆਸਟ੍ਰੇਲੀਆ ਬੰਦ ਹੋ ਗਿਆ, ਆਸਟ੍ਰੇਲੀਆ ਅਪਲਾਈ ਨਾ ਕਰੋ। ਸਭ ਤੋਂ ਪਹਿਲਾਂ ਯੋਗੇਸ਼ ਕੁਮਾਰ, ਜਿਨ੍ਹਾਂ ਦਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ 17 ਮਈ ਨੂੰ ਲੱਗ ਕੇ ਆਇਆ, ਆਹ ਤੁਸੀਂ ਵੀਜ਼ਾ ਕਾਪੀ ਦੇਖ ਸਕਦੇ ਹੋ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਹਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਦਾ 17 ਮਈ 2019 ਨੂੰ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਲੱਗ ਕੇ ਆਇਆ ਜੀ। ਜਗਪ੍ਰੀਤ ਸਿੰਘ, ਜਗਪ੍ਰੀਤ ਸਿੰਘ ਦਾ 15 ਮਈ ਨੂੰ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਲੱਗ ਕੇ ਆਇਆ ਜੀ। ਹਾਂਜੀ, ਆਪਾਂ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਦੀ ਗੱਲ ਕਰ ਰਹੇ ਹਾਂ ਜੀ। ਵਰਿੰਦਰਪਾਲ ਸਿੰਘ, ਵਰਿੰਦਰਪਾਲ ਸਿੰਘ ਦਾ 15 ਮਈ ਨੂੰ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਆਇਆ ਜੀ, ਇਹ ਵੀਜ਼ਾ ਕਾਪੀ ਦੇਖ ਸਕਦੇ ਹੋ। ਜਸਵੰਤ ਸਿੰਘ, ਜਸਵੰਤ ਸਿੰਘ ਦਾ 17 ਮਈ ਨੂੰ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਸਟੈਂਪ ਹੋ ਕੇ ਆਇਆ ਜੀ। ਪ੍ਰਭਜੋਤ ਕੌਰ, ਪ੍ਰਭਜੋਤ ਕੌਰ 16 ਮਈ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਲੱਗਾ ਜੀ। ਇਹੋ ਜਿਹੀਆਂ ਝੂਠੀਆਂ ਅਫਵਾਹਾਂ ਜੋ ਕਿ ਏਜੰਟਸ ਵੱਲੋਂ ਜਿਹੜੀਆਂ ਫਲਾਈਆਂ ਜਾ ਰਹੀਆਂ ਕਿ ਆਸਟ੍ਰੇਲੀਆ ਦੇ ਵੀਜ਼ੇ ਨਹੀਂ ਆ ਰਹੇ, ਉਹਨਾਂ ਤੋਂ ਬਚੋ ਅਤੇ ਇੱਕ ਵਾਰ ਸਾਡੇ ਆਫਿਸ ਵਿਜ਼ਿਟ ਕਰਕੇ ਜ਼ਰੂਰ ਦੇਖ ਮਿਲੋ, ਆਪਣੇ ਡਾਕੂਮੈਂਟੇਸ਼ਨ ਨਾਲ ਲੈ ਕੇ ਆਓ, ਲੱਗੇ ਹੋਏ ਵੀਜ਼ਾ ਦੇਖੋ ਅਤੇ ਦੈਨ ਅਪਲਾਈ ਕਰੋ। ਜੇ ਆਪਾਂ ਹੁਣ ਕੈਨੇਡਾ ਦੀ ਗੱਲ ਕਰੀਏ, ਕੈਨੇਡਾ ਸਟੂਡੈਂਟ ਵੀਜ਼ਾ ਲਾਸਟ 2 ਤੋਂ 3 ਦਿਨ ਦੇ ਅੰਦਰ ਅੰਦਰ ਤਕਰੀਬਨ 9 ਕੈਨੇਡਾ ਦੇ ਵੀਜ਼ੇ ਸਟੈਂਪ ਹੋ ਕੇ ਆਏ ਆ ਜੀ, ਜਿਨ੍ਹਾਂ ਦੇ ਵਿੱਚੋਂ 7 ਵੀਜ਼ੇ ਇਹੋ ਨੇ ਜਿਨ੍ਹਾਂ ਦੇ ਓਵਰਆਲ 6 ਬੈਨ ਸੀ, 5.5 ਈਚ ਬੈਨ ਨੇ। ਤੁਹਾਡੇ ਓਵਰਆਲ 6 ਬੈਂਡ ਆ, 5.5 ਈਚ ਬੈਂਡ ਆ, ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਅਤੇ ਕਿਤੇ ਨਾ ਕਿਤੇ ਘਬਰਾ ਰਹੇ ਹੋ ਕਿ ਮੇਰਾ ਪੈਸਾ ਖਰਾਬ ਨਾ ਹੋ ਜਾਏ, ਤੁਸੀਂ ਸਾਡੀ ਕਿਸੇ ਵੀ ਬ੍ਰਾਂਚ ਦੇ ਵਿੱਚ ਆ ਕੇ ਆਪਣਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਜਿਹੜਾ ਅਪਲਾਈ ਕਰ ਸਕਦੇ ਹਾਂ। ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਸਾ ਐਡਵਾਂਸ ਨਹੀਂ ਜੇ ਦੇਣਾ, ਤੁਹਾਡੇ ਓਵਰਆਲ 6-5.5 ਈਚ ਬੈਂਡ ਆ, ਤੁਸੀਂ ਪੈਸੇ ਉਦੋਂ ਦੇਣੇ ਨੇ ਜਦੋਂ ਤੁਹਾਡਾ ਵੀਜ਼ਾ ਆ ਜਾਂਦਾ। ਜੇਕਰ ਦੁਬਾਰਾ ਆਪਾਂ ਆਸਟ੍ਰੇਲੀਆ 'ਤੇ ਆ ਜਾਈਏ, ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਤੁਸੀਂ 2017, 2018, 2019 ਵਿੱਚ ਆਪਣੀ ਪਲੱਸ ਟੂ ਕੀਤੀ ਆ, ਤੁਹਾਡੇ ਓਵਰਆਲ 6 ਬੈਂਡ ਆ, ਤੁਸੀਂ ਡਿਪਲੋਮਾ ਲੀਡਿੰਗ ਟੂ ਡਿਗਰੀ D2D ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹਾਂ। ਤੁਸੀਂ ਡਾਇਰੈਕਟ ਬੈਚਲਰ ਦੀ ਰਿਕੁਆਇਰਮੈਂਟ ਮੀਟ ਕਰਦੇ ਹੋ, ਡਾਇਰੈਕਟ ਬੈਚਲਰ ਵਿੱਚ ਵੀ ਆਸਟ੍ਰੇਲੀਆ ਜਾ ਸਕਦੇ ਹੋ। ਇੱਥੇ ਇੱਕ ਵਾਰ ਫਿਰ ਉਹੀ ਗੱਲ ਦੁਬਾਰਾ ਰਿਪੀਟ ਕਰਨ ਜਾ ਰਿਹਾ, ਜਿਹੜੇ ਏਜੰਟ ਕਹਿ ਰਹੇ ਆ ਕਿ ਜਿਹੜੇ ਕੰਸਲਟੈਂਟ ਕਹਿ ਰਹੇ ਆ ਕਿ ਆਸਟ੍ਰੇਲੀਆ ਬੰਦ ਹੋ ਗਿਆ, ਆਸਟ੍ਰੇਲੀਆ ਦੇ ਵੀਜ਼ਾ ਨਹੀਂ ਆ ਰਹੇ,
ਉਹ ਉਹਨਾਂ ਲਈ ਬੰਦ ਹੋਇਆ ਜਿਹਨਾਂ ਨੂੰ ਆਸਟ੍ਰੇਲੀਆ ਦਾ ਕੰਮ ਨਹੀਂ ਕਰਨਾ ਆਉਂਦਾ ਜਾਂ ਜਿਹੜਾ ਨੇ ਆਸਟ੍ਰੇਲੀਆ ਕਦੀ ਬੱਚਾ ਭੇਜਿਆ ਹੀ ਨਹੀਂ, ਉਹ ਇੱਕ ਹੀ ਕੰਟਰੀ ਪ੍ਰਮੋਟ ਕਰ ਰਹੇ ਆ, ਕੈਨੇਡਾ ਹੋ ਗਿਆ, ਯੂਰਪ ਹੋ ਗਿਆ, ਆਸਟ੍ਰੇਲੀਆ ਟਰਾਈ ਕੀਤੀ, ਆਸਟ੍ਰੇਲੀਆ ਵੀਜ਼ਾ ਨਹੀਂ ਆਇਆ ਤਾਂ ਉਹਨਾਂ ਲਈ ਆਸਟ੍ਰੇਲੀਆ ਬੰਦ ਹੋ ਗਿਆ। ਤੁਸੀਂ ਮੇਰੇ ਆਸਟ੍ਰੇਲੀਆ ਦੇ ਵੀਜ਼ੇ ਦੇਖ ਸਕਦੇ ਹੋ, ਲੱਗੇ ਮੇਰੀ ਬ੍ਰਾਂਚ ਦੇ ਵਿੱਚ ਆ ਕੇ ਦੇਖ ਸਕਦੇ ਹੋ, ਅੰਮ੍ਰਿਤਸਰ, ਜਲੰਧਰ, ਚੰਡੀਗੜ੍ਹ, ਕਿਸੇ ਵੀ ਓਮ ਗਲੋਬਲ ਦੀ ਬ੍ਰਾਂਚ ਵਿੱਚ ਆ ਕੇ ਲੱਗੇ ਹੋਏ ਵੀਜ਼ਾ ਦੇਖ ਕੇ ਆਪਣਾ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰੋ। ਜਿਹੜੇ ਦਿਨ ਤੁਸੀਂ ਮੇਰੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰ ਰਹੇ ਹੋ, ਜੇਕਰ ਤੁਹਾਨੂੰ ਇੱਕ ਦਿਨ ਪੁਰਾਣਾ ਆਸਟ੍ਰੇਲੀਆ ਜਾਂ ਕੈਨੇਡਾ ਦਾ ਵੀਜ਼ਾ ਨਹੀਂ ਦਿਖਾਇਆ ਜਾਂਦਾ, ਤੁਸੀਂ ਮੇਰੇ ਕੋਲੋਂ ਵੀਜ਼ਾ ਨਹੀਂ ਜੇ ਅਪਲਾਈ ਕਰਨਾ। ਤੁਸੀਂ ਜਾ ਕੇ ਆਫਿਸ ਦੇ ਵਿੱਚ ਕੌਂਸਲਰ ਨੂੰ ਇਹ ਕਹੋ ਕਿ ਜੇਕਰ ਮੈਂ 18 ਤਰੀਕ ਨੂੰ ਅੱਜ ਵਿਜ਼ਿਟ ਕੀਤਾ ਤਾਂ ਮੈਨੂੰ 17 ਤਰੀਕ ਦਾ ਲੱਗਾ ਹੋਇਆ ਵੀਜ਼ਾ ਦਿਖਾ, ਮੈਂ ਤਾਂ ਤੇਰੇ ਕੋਲ ਅਪਲਾਈ ਕਰਾਂਗਾ, ਮੈਂ ਤਾਂ ਤੇਰੇ 'ਤੇ ਟਰੱਸਟ ਕਰਾਂਗਾ ਕਿ ਇਹ ਵਾਕਈ ਆਸਟ੍ਰੇਲੀਆ ਕੈਨੇਡਾ ਦੇ ਵੀਜ਼ਾ ਆ ਰਹੇ ਨੇ। ਸੋ ਲਾਸਟ ਵਿੱਚ ਮੈਂ ਇਹੀ ਗੱਲ ਕਹਿਣਾ ਚਾਹਾਂਗਾ, ਤੁਸੀਂ ਆਸਟ੍ਰੇਲੀਆ, ਕੈਨੇਡਾ, ਕਿਸੇ ਵੀ ਕੰਟਰੀ ਅਪਲਾਈ ਕਰਨਾ ਚਾਹੁੰਦੇ ਹੋ, ਇੱਕ ਵਾਰ ਓਮ ਗਲੋਬਲ ਜ਼ਰੂਰ ਵਿਜ਼ਿਟ ਕਰੋ। ਧੰਨਵਾਦ।